ओ पाजी चाह लैनी आ तुसी बाजी चाह लैनी है ओ दादा जी चाह लैनी आ नहीं तो मैं जावा अपने स्कूल दा काम करना ताजे फल ले लो ताजे फल फल बाऊ जी फल लेने लगता है डैडी जी तो सो गए शुक्र है हुण मैं घर दे काम तो करांगी जाके अगे भी 35 साल दो दिन ही घर आंदे सी टीटी दी नौकरी करदे सी रेलवे च अच्छा जी हाँ ते हुण इन्हां ने की कीता वा जदों घर आ गए आ ते सारे घर नूं ही इन्हां ने ट्रेन बना दिता वा ट्रेन बना दिता वा मतलब समझिया नहीं मैं तुहाडी गल मतलब कि इन्हां ने घर दे विच ही ਜਿਹੜੇ ਬੈੱਡ ਨੂੰ ਕੱਟ ਕੇ ਨਾ ਤੇ ਕੋਚ ਬਣਾਤੇ ਦੋ ਕੋਚ ਬਣਾਤੇ ਦਸ ਸੀਟਾਂ ਬਣਾਤੀਆਂ ਮਤਲਬ ਕਿ ਕੋਚ ਨੇ ਸੀਟਾਂ ਬਣਾਤੀਆਂ ਅੱਛਾ ਜੀ ਤੇ ਸਾਰੇ ਟੈਚੀ ਇੱਕ ਥਾਂ ਤੇ ਬੰਨ ਕੇ ਤੇ ਉਹਨੂੰ ਸੰਗਲੀ ਬੰਨ ਦਿੰਦੇ ਆ ਅੱਛਾ ਜੀ ਤੇ ਬਾਥਰੂਮ 'ਚ ਜਾ ਕੇ ਦੇਖੋ ਤੁਹਾਨੂੰ ਬਾਥਰੂਮ ਦਿਖਾਉਂਦੀ ਆ ਉੱਥੇ ਵੀ ਉੱਦਾਂ ਦਾ ਹੀ ਬਾਥਰੂਮ ਬਣਾਤਾ ਜਿੱਦਾਂ ਕਿ ਟ੍ਰੇਨ ਦੇ ਵਿੱਚ ਹੁੰਦਾ ਵਾ ਠੀਕ ਹੈ ਮੈਂ ਸਮਝ ਗਿਆ ਜੀ ਜਾਣੀ ਕਿ ਜਿਹੜਾ ਸਾਡਾ ਛੋਟਾ ਮੁੰਡਾ ਵਾ ਉਹਨੂੰ ਕਹਿੰਦੇ ਆ ਤੂੰ ਦੋ ਚਾਰ ਵਾਰੀ ਲੈ ਕੇ ਲੰਘ ਕਿ ਮੈਨੂੰ ਲੱਗੇ ਕਿ ਮੈਂ ਟ੍ਰੇਨ ਦੇ ਵਿੱਚ ਹੀ ਹਾਂ ਜਿਹੜਾ ਛੋਟਾ ਮੁੰਡਾ ਉਹਨੂੰ ਚਾਹ ਵਾਲਾ ਬਣਾਤਾ ਵਾ ਅੱਛਾ ਜੀ ਤੇ ਜਿਹੜੀ ਸਾਡੀ ਕੁੜੀ ਆ ਉਹਨੂੰ ਕਹਿੰਦੇ ਤੂੰ ਵੇਚਣ ਵਾਲੀ ਕੁਛ ਨਾ ਕੁਛ ਵੇਚਿਆ ਕਰ ਨਹੀਂ ਤਾਂ ਮੇਰਾ ਸਿਰ ਦੁਖਣ ਲੱਗ ਪੈਂਦਾ ਵਾ ਇਹ ਨਾ ਰੇਲਵੇ ਵਿੱਚ ਇੱਕ ਹੀ ਥਾਂ 'ਤੇ ਨੌਕਰੀ ਕਰਕੇ ਨਾ ਸ਼ਾਇਦ ਉਹਨਾਂ ਦੇ ਦਿਮਾਗ 'ਚ ਕੋਈ ਪ੍ਰੋਬਲਮ ਆ ਗਈ ਆ ਮੈਂ ਤਾਂ ਤੁਹਾਨੂੰ ਬੁਲਾਇਆ ਵਾ ਕਿ ਤੁਸੀਂ ਚੈੱਕ ਕਰ ਲਓ ਇਹਨਾਂ ਨੂੰ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ ਉਹ ਨਹੀਂ ਜੀ ਇੱਦਾਂ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੈਗੀ ਇਹ ਗੱਲ ਜੀ ਕੀ ਹੁੰਦੀ ਹੈ ਜਦੋਂ ਬੰਦਾ ਉੱਥੇ ਇੱਕ ਜਗ੍ਹਾ ਤੇ ਕੰਮ ਕਰਦਾ ਨਾ ਉਹਨੂੰ ਉੱਥੇ ਦਾ ਰੰਗ ਚੜ ਜਾਂਦਾ ਵਾ ਅੱਛਾ ਅੱਛਾ ਉਹਨੂੰ ਰੋਜ਼ ਦੀ ਰੁਟੀਨ ਹੁੰਦੀ ਹੈ ਜਾਣ ਆਉਣ ਦੀ ਉਹਦੀ ਰੋਜ਼ ਦੀ ਆਦਤ ਬਣੀ ਹੁੰਦੀ ਹੈ ਉਹ ਚੀਜ਼ ਦੀ ਤੇ ਇਸ ਕਰਕੇ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਅੱਛਾ 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 ਬਾਕੀ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸ ਦਿੰਨਾ ਵਾ ਉਹ ਇਹ ਤਾਂ ਜੀ ਕੁਛ ਵੀ ਨਹੀਂ ਗਾ ਜੀ ਇਹਨਾਂ ਨੇ ਤਾਂ ਟੀਟੀ ਦੀਆਂ ਸੀਟਾਂ ਸੂਟਾਂ ਜਾਂ ਕੋਚ ਦੇ ਡੱਬੇ ਹੀ ਬਣਾਏ ਆ ਜਿਹੜੇ ਮੇਰੇ ਦਾਦਾ ਜੀ ਸੀਗੇ ਨਾ ਜੀ ਉਹ ਸੀਗੇ ਡਾਕਟਰ ਅੱਛਾ ਜੀ ਉਹ ਡਾਕਟਰ ਸੀਗੇ ਉਹਨਾਂ ਨੂੰ ਵੀ ਇਹਨਾਂ ਵਾਂਗੂ ਰੰਗ ਚੜਿਆ ਹੋਇਆ ਸੀਗਾ ਉਹ ਜਦੋਂ ਰਿਟਾਇਰ ਹੋਏ ਹਸਪੀਟਲ ਤੋਂ ਤੇ ਉਹਨਾਂ ਨੂੰ ਵੀ ਇਦਾਂ ਹੀ ਸੀਗਾ ਜੀ ਮੇਰੇ ਜਿਹੜੇ ਦਾਦਾ ਜੀ ਸੀਗੇ ਨਾ ਜੀ ਉਹਨਾਂ ਨੇ ਮੇਰੀ ਦਾਦੀ ਦਾ 2 ਵਾਰੀ ਪੱਥਰੀ ਦਾ ਆਪਰੇਸ਼ਨ ਕਰ ਦਿੱਤਾ ਪੱਥਰੀ ਸੀ ਉਹਨਾਂ ਨੂੰ ਉਹ ਨਹੀਂ ਜੀ ਪੱਥਰੀ ਨਹੀਂ ਸੀਗੀ ਬਸ ਉਹ ਉਦਾਂ ਹੀ ਕਰ ਦਿੱਤਾ ਹੈ